ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਲਖਮੀਰੀਆ ਅਫੀਸ਼ੀਅਲ YouTube ਚੈਨਲ ਤੇ ਮੈਂ ਸੰਦੀਪ ਇਸ ਟਾਈਮ ਆਪਾਂ ਖੜੇ ਆ ਪਿੰਡ ਰੋੜ ਕੀ ਸਰਦੂਲਗੜ ਦੇ ਏਰੀਆ ਦੇ ਵਿੱਚ ਜਿੱਥੇ ਕਿ ਘੱਗਰ ਦਰਿਆ ਦਾ ਜਿਹੜਾ ਪਾੜ ਪੈ ਚੁੱਕਿਆ ਉੱਥੇ ਆਪਾਂ ਪਹੁੰਚੇ ਆ ਤੇ ਤੁਹਾਨੂੰ ਲਾਈਵ ਸਾਰੀ ਅਪਡੇਟ ਦਿੰਨੇ ਆ ਤੁਸੀਂ ਮੇਰੇ ਨਾਲ ਬਣੇ ਰਹੋ ਤੇ ਆਪਾਂ ਤਾਜ਼ਾ ਅਪਡੇਟ ਲੈ ਕੇ ਘੱਗਰ ਦਰਿਆ ਸਰਦੂਲਗੜ ਤੋਂ ਹਾਜ਼ਰ ਆਂ ਜੀ ਇੱਥੇ ਸਰਦੂਲਗੜ ਦੇ ਨੇੜੇ ਪਿੰਡ ਰੁੜਕੀ ਜਿਹੜਾ ਕਿ ਘੱਗਰ ਦੇ ਵਿੱਚ ਇੱਕ ਹੋਰ ਪਾੜ ਪੈ ਚੁੱਕਿਆ ਤੇ ਪਾਣੀ ਖੇਤਾਂ ਦੇ ਵਿੱਚ ਜਾਣਾ ਸ਼ੁਰੂ ਹੋ ਚੁੱਕਿਆ। ਇਸ ਤੋਂ ਪਹਿਲਾਂ ਅੱਧਾ ਪੌਣਾ ਘੰਟਾ ਪਹਿਲਾਂ ਆਸ-ਪਾਸ ਦੇ ਪਿੰਡਾਂ ਦੇ ਵਿੱਚ ਲੋਸਮੈਂਟ ਕੀਤੀ ਗਈ ਸੀ ਕਿ ਜਿੰਨਾ ਵੀ ਤੁਸੀਂ ਪਹੁੰਚ ਸਕਦੇ ਹੋ ਪਹੁੰਚੋ ਟਰੈਕਟਰ ਟਰਾਲੀਆਂ ਲੈ ਕੇ ਨਾਲ ਖਾਲੀ ਘੱਟੇ ਲੈ ਕੇ ਸੋ ਲੋਕ ਐਸ ਵਕਤ ਪਿੰਡਾਂ ਦੇ ਵਿੱਚੋਂ ਆ ਰਹੇ ਐ ਤੇ ਤੁਸੀਂ ਦੇਖ ਸਕਦੇ ਹੋ ਚਾਰੇ ਪਾਸੇ ਪਾਣੀ ਪਾਣੀ ਬਹੁਤ ਤਵਾਹੀ ਕਰੀ ਪਈ ਐ ਤਵਾਹੀ ਦਾ ਮੰਜ਼ਰ ਬਣਿਆ ਪਿਆ। ਪਾਣੀ ਪਾਣੀ ਐ ਪਾਣੀ ਤੋਂ ਬਿਨਾ ਹੋਰ ਕੁਝ ਨਹੀਂ ਦਿਖ ਰਿਹਾ। ਤੇ ਪਹਿਲਾਂ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਸੋਭਾ ਜਿਹੜੇ ਪੁਲ ਦੇ ਵਿੱਚ ਕੇਲੀਆਂ ਆ ਕੇ ਫਸ ਗਈਆਂ ਸੀ ਪਿੰਡ ਵਾਲਿਆਂ ਵੱਲੋਂ ਪਹਿਲਾਂ ਉਹ ਉਹ ਕੱਢੀਆਂ ਗਈਆਂ ਨਹੀਂ ਇੱਥੇ ਦੱਸਣ ਜੋ ਗੱਲ ਇਹ ਵੀ ਹੈ ਕਿ ਜਿਹੜਾ ਪਾੜ ਹੈ ਉਹ 10 ਤੋਂ 20 ਫੁੱਟ ਪੈ ਚੁੱਕਿਆ ਤੇ ਉਹ ਲਗਾਤਾਰ ਵੱਧ ਰਿਹਾ ਹੈ ਘਟਣ ਦਾ ਤਾਂ ਦੇਖੋ ਹੁਣ ਕੋਈ ਸਵਾਲ ਹੀ ਹੈ ਨਹੀਂ ਇਸ ਕਰਕੇ ਬੇਨਤੀ ਆਪਾਂ ਇਹ ਕਰ ਸਕਦੇ ਹਾਂ ਕਿ ਵੀ ਜਿਹੜੇ ਇੱਥੇ ਲਵੇ ਤਵੇ ਦੇ ਏਰੀਏ ਦੇ ਨੌਜਵਾਨ ਨੇ ਉਹ ਇੱਥੇ ਪਹੁੰਚਣ ਤਾਂ ਕਿ ਜਿਹੜਾ ਇਹ ਟਾਈਮ ਰਹਿੰਦੇ ਆ ਬੰਨ ਜਿਹੜਾ ਇਹ ਬੰਦ ਕੀਤਾ ਜਾ ਸਕੇ ਇਹ ਤੁਸੀਂ ਚਾਰੇ ਪਾਸੇ ਦੇਖ ਸਕਦੇ ਹੋ ਪਾਣੀ ਪਾਣੀ ਹੋ ਚੁੱਕਿਆ ਜੀ ਇਹ ਲਗਭਗ ਸਰਦੂਲਗੜ ਦੇ 35 ਤੋਂ 40 ਪਿੰਡਾਂ ਨੂੰ ਪ੍ਰਭਾਵਿਤ ਕਰੂਗਾ ਤੇ ਬਾਕੀ ਇੱਕ ਮੇਰੀ ਹੋਰ ਬੇਨਤੀ ਹੈ ਕਿ ਜਿਹੜੇ ਬੰਦੇ ਇੱਥੇ ਦੇਖਣ ਆਉਂਦੇ ਦੇਖਣ ਨੂੰ ਦੇਖੋ ਇੱਥੇ ਮੇਲਾ ਨਹੀਂ ਲੱਗਿਆ ਆਫਤਾ ਆਈ ਹੈ ਕੁਦਰਤੀ ਆਫਤਾ ਆਈ ਹੈ ਉਹਦੇ ਨਾਲ ਆਪਾਂ ਲੜਨਾ ਹੈ ਕੋਈ ਦੇਖਣ ਨੂੰ ਇਹ ਕੋਈ ਬਾਹਲੀ ਚੰਗੀ ਗੱਲ ਨਹੀਂ ਬਾਕੀ ਇੱਕ ਗੱਲ ਇਹ ਹੈ ਵੀ ਜਿਹੜਾ ਵੀ ਬੰਦਾ ਇੱਥੇ ਆਉਂਦਾ ਭਵਾਂ ਦੀ ਦੇਖਣੀ ਆਉਂਦਾ ਉਹ ਇੱਕ ਗੱਟਾ ਘਟੋ ਘਟ ਇੱਕ ਗੱਟਾ ਮਿੱਟੀ ਦਾ ਨਾਲ ਆਪਣੇ ਲੈ ਕੇ ਆਵੇ ਤਾਂ ਕਿ ਜੇ ਇੱਕ ਘੰਟੇ ਦੇ ਵਿੱਚ 2300 ਬੰਦਾ ਆਉਂਦਾ ਇੱਥੇ ਤਾਂ 2300 ਘਟਾ ਸਕੇ ਤਾਂ ਕਿ ਇੱਥੇ ਬੰਨ ਜਿਹੜਾ ਉਹ ਆਪਾਂ ਲਾ ਸਕੀਏ ਤੁਸੀਂ ਦੇਖ ਸਕਦੇ ਹੋ ਜਿਹੜਾ ਹੈ ਪਾੜ ਉਹ ਬਾਦ ਜਿਹੜਾ ਪਾੜ ਹੈ ਉਹ ਪਹਿਲਾਂ ਨਾਲ ਬਹੁਤ ਵੱਡਾ ਹੁੰਦਾ ਜਾ ਰਿਹਾ ਸਾਰੀਆਂ ਫਸਲਾਂ ਬਰਬਾਦ ਹੋ ਚੁੱਕੀਆਂ ਨੇ ਪਹਿਲਾਂ ਰੱਦੀ ਵਾਲੀ ਸ਼ੈਟ ਤੇ ਪਾੜ ਪਿਆ ਸੀ ਉਸ ਤੋਂ ਬਾਅਦ ਚੰਦਪੁਰੇ ਵਾਲਾ ਇਹ ਜਿਹੜਾ ਉਹ ਟੁੱਟ ਗਿਆ ਹੁਣ ਇਹ ਇੱਥੇ ਰੋਡ ਕੀ ਤਬਾਹੀ ਕਰ ਰਿਹਾ ਹੈ ਪਾਣੀ ਦਾ ਲੈਵਲ ਹੈ ਜਿਹੜਾ ਘਟਣ ਦਾ ਨਾਂ ਨਹੀਂ ਲੈ ਰਿਹਾ ਰਾਤ ਤੋਂ ਹੀ ਪਾਣੀ ਦਾ ਲੈਵਲ ਅੱਪ ਹੋ ਰਿਹਾ ਹੈ ਪ੍ਰਮਾਤਮਾ ਅੱਗੇ ਸਾਰੇ ਇਹੀ ਅਰਦਾਸ ਬੇਨਤੀ ਕਰੋ ਕਿ ਪ੍ਰਮਾਤਮਾ ਸੁੱਖ ਸ਼ਾਂਤੀ ਰੱਖੇ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਾ ਹੋਵੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ ਲਗਾਤਾਰ ਤੋਂ ਡੇਲੀ ਹੋਰ ਨਵੀਆਂ-ਨਵੀਆਂ ਅਪਡੇਟ ਆਪਾਂ ਲੈ ਕੇ ਆਉਂਦੇ ਰਹਾਂਗੇ ਤੇ ਬੇਨਤੀ ਇਹ ਹੈ ਮੇਰੀ ਕਿ ਜਿਹੜੇ ਵੀ ਆਸ-ਪਾਸੇ ਦੇ ਪਿੰਡ ਨੇ ਜਿੰਨੇ ਵੀ ਮੇਰੀ ਵੀਡੀਓ ਦੇਖਦੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਤੁਹਾਡੇ ਜਿਹੜੇ ਵੀ ਰਿਸ਼ਤੇਦਾਰ ਆਸ-ਪਾਸੇ ਹੈ ਇਸ ਮਨ ਲਓ ਕਿ ਜਿਹੜੇ ਆਸੇ ਪਾਸੇ ਹੈ ਇਸ ਸਾਰੇ ਏਰੀਆ ਦੇ ਨਾਲ ਲੱਗਦੇ ਨੇ ਤਾਂ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਉਹ ਆਪਣਾ ਆਪਣਾ ਜਿਹੜਾ ਲੋੜੀ ਦਾ ਸਮਾਨ ਉਹਨੂੰ ਸਾਂਭ ਸਕਣ ਤੇ ਆਖਿਰ ਮੇਰੀ ਬੇਨਤੀ ਇਹ ਹੈ ਕਿ ਵੱਦ ਤੋਂ ਵੱਧ ਇੱਥੇ ਆਓ ਤੁਹਾਡੇ ਸਹਿਯੋਗ ਦੀ ਲੋੜ ਹੈ ਕੁਦਰਤ ਦੇ ਨਾਲ ਆਪਾਂ ਦੇਖੋ ਲੜ ਤਾਂ ਨਹੀਂ ਸਕਦੇ ਪਰ ਫਿਰ ਵੀ ਕੁਛ ਨਾ ਕੁਛ ਆਪਣਾ ਬਚਾਅ ਹੋ ਸਕਦਾ ਹੈ ਆਪਾਂ ਬਨ ਤੇ ਵੱਦ ਤੋਂ ਵੱਧ ਨੌਜਵਾਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਵੱਦ ਤੋਂ ਵੱਧ ਪਹੁੰਚੋ ਇੱਥੇ ਬੋਰੀਆਂ ਗੱਟੇ ਮਿੱਟੀ ਟਰੈਕਟਰ ਟਰਾਲੀਆਂ ਲੈ ਕੇ ਤਾਂ ਕਿ ਜਿਹੜਾ ਇਹ ਪਾੜ ਖੁੱਲਿਆ ਬੰਦ ਹੋ ਸਕੇ ਇਹਦੇ ਨਾਲ ਹੀ ਦਿਓ ਜੀ ਇਜਾਜ਼ਤ ਤੁਹਾਨੂੰ ਨਵੀਆਂ-ਨਵੀਆਂ ਹੋਰ ਅਪਡੇਟ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ